ਸਵਾਗਤ ਕਰਦੇ ਹਾਂ ਸਾਡਾ ਪੰਜਾਬੀ ਸਿਲਾਈ ਕਢਾਈ ਚੈਨਲ 'ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਮਸਤੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਸਲੀਨ ਦੇ ਸੂਟ ਦੀ ਕਟਿੰਗ। ਇਹ ਆਪਣੇ ਕੋਲ ਸਲੀਨ ਦਾ ਸੂਟ ਆਲ ਓਵਰ, ਇਹਦੇ ਸਾਈਡ 'ਤੇ ਬਾਜੂ ਦਾ ਡਿਜ਼ਾਇਨ ਹੈਗਾ। ਇਹ ਦੇਖੋ, ਇਹ ਗਲੇ ਦਾ ਡਿਜ਼ਾਇਨ ਹੋਗਾ, ਸਾਈਡ 'ਤੇ ਇਹਦੇ ਬਾਜੂ ਦਾ ਡਿਜ਼ਾਇਨ ਆ। ਇਸ ਤਰ੍ਹਾਂ ਇਹਦੀ ਤੁਹਾਨੂੰ ਅਸੀਂ ਕਟਿੰਗ ਦੱਸਾਂਗੇ। ਇਹ ਦੇਖੋ ਤੁਸੀਂ, ਸਾਈਡ 'ਤੇ ਬਾਜੂ ਦਾ ਡਿਜ਼ਾਇਨ, ਇੱਧਰ ਫਰੰਟ 'ਤੇ ਹੈਗਾ ਦੂਸਰਾ, ਇਹ ਗਲੇ ਦਾ ਡਿਜ਼ਾਇਨ ਹੋ ਗਿਆ, ਇਹ ਹੋ ਗਿਆ ਘੇਰੇ ਦਾ ਡਿਜ਼ਾਇਨ। ਤੁਹਾਨੂੰ ਅਸੀਂ ਸਲੀਨ ਦੇ ਸੂਟ ਦੀ ਕਟਿੰਗ ਦੱਸਾਂਗੇ। ਸੂਟ ਇਹ ਲਾਈਨਿੰਗ ਵਾਲਾ, ਆਪਾਂ ਜਿਸਦੀ ਕਟਿੰਗ ਦੱਸਾਂਗੇ ਤੁਹਾਨੂੰ ਵੀ ਇਹਦੀ ਕਟਿੰਗ ਕਿਸ ਤਰ੍ਹਾਂ ਹੁੰਦੀ ਹੈਗੀ, ਕਿਉਂਕਿ ਜਿਹੜੀ ਸਾਈਡ 'ਤੇ ਬਾਜੂ ਹੁੰਦੀ ਹੈ ਇਹ ਅਲੱਗ ਅਲੱਗ ਤਰੀਕੇ ਨਾਲ ਕਟਿੰਗ ਹੁੰਦੀ ਹੈਗੀ। ਇਹ ਆਪਣੇ ਕੋਲ ਭਾਰੀ ਨਾਪ ਦਾ ਸੂਟ ਹੈਗਾ, ਇਹ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ। ਅਸੀਂ ਤੁਹਾਡੇ ਲਈ ਫ੍ਰੀ ਕੋਰਸ ਲੈ ਕੇ ਆਏ ਹਾਂਗੇ, ਤੁਸੀਂ ਘਰ ਬੈਠੇ ਇਹਦਾ ਲਾਹਾ ਲੈ ਸਕਦੇ ਹੋਗੇ। ਵੀਡੀਓ ਆਪਾਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਨਵੀਂ ਵੀਡੀਓ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਹ ਸਰ ਆਪਣੇ ਕੋਲ ਨਾਪ ਆ, ਇਸ ਹਿਸਾਬ ਨਾਲ ਆਪਾਂ ਕਟਿੰਗ ਕਰਾਂਗੇ। 4.5 ਇੰਚ ਕਮੀਜ਼ ਦੀ ਲੰਬਾਈ ਹੈਗੀ, 19 ਇੰਚ ਬਾਜੂ ਆ, ਛਾਤੀ ਹੈਗੀ 22.5, ਕਮਰ 20 ਅਤੇ ਘੇਰਾ ਹੈਗਾ 22 ਇੰਚ, ਹਿੱਪ 22.5, ਹਿੱਪ 10 ਇੰਚ ਜ਼ਿਆਦਾ ਗੀ। ਇਸ ਹਿਸਾਬ ਨਾਲ ਆਪਾਂ ਨਾਪ ਦੀ ਕਟਿੰਗ ਕਰਾਂਗੇ ਸੂਟ ਦੀ, ਇਸ ਨਾਪ ਦੇ ਹਿਸਾਬ ਨਾਲ। ਇਹ ਆਪਣੇ ਕੋਲ ਸਲੀਨ ਦਾ ਕੱਪੜਾ ਹੈਗਾ, ਇਹ ਹੈਗਾ ਫਰੰਟ। ਪਹਿਲਾਂ ਆਪਾਂ ਫਰੰਟ ਦੀ ਕਟਿੰਗ ਕਰਾਂਗੇ। ਪਹਿਲਾਂ ਆਪਾਂ ਗਲੇ ਦਾ ਸੈਂਟਰ ਕਰਾਂਗੇ ਇਸ ਤਰ੍ਹਾਂ। ਇਹ ਆਪਣਾ ਗਲੇ ਦਾ ਸੈਂਟਰ ਹੋ ਗਿਆ। ਇਹ ਕੱਪੜਾ ਇਸ ਤਰ੍ਹਾਂ ਹੁੰਦਾ, ਜਿੱਥੇ ਆਪਾਂ ਚਪੇਵਾਂਗੇ ਉੱਥੇ ਚਿਪ ਜਾਂਦਾ ਹੈ। ਦੇਖੋ ਤੁਸੀਂ, ਵੈਸੇ ਇਸ ਉੱਪਰ ਆਪਾਂ ਭਿੰਨ ਵੀ ਲਾਵਾਂਗੇ ਇਸ ਤਰ੍ਹਾਂ। ਉਸ ਤੋਂ ਬਾਅਦ ਇਹਦਾ ਆਪਾਂ ਲਵਾਂਗੇ ਘੇਰਾ। ਪਹਿਲਾਂ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ। ਇਸ ਜਗ੍ਹਾ 'ਤੇ ਆਪਣਾ ਘੇਰਾ ਸਹੀ ਬਹਿੰਦਾ, ਦੇਖੋ ਤੁਸੀਂ, ਇਹ ਥੋੜ੍ਹਾ ਜਿਹਾ ਫਰਕ ਹੈਗਾ। ਇਹ ਆਪਾਂ ਜਦੋਂ ਆਪਾਂ ਤਰਪਾਈ ਦਾ ਕਰਾਂਗੇ, ਥੋੜ੍ਹਾ ਜਿਹਾ ਇਸ ਜਗ੍ਹਾ ਤੋਂ ਇੱਕ ਪਾਸੇ ਜਿਹੜਾ ਆਪਣਾ ਉੱਚਾ ਰਹਿੰਦਾ, ਇੰਨਾ ਕੁ ਜ਼ਿਆਦਾ ਫੋਲਡ ਕਰ ਲਾਂਗੇ ਘੇਰਾ, ਦਬਾ ਲੈ ਲਾਂਗੇ ਹੇਠਲਾਂ ਤੋਂ। ਪਹਿਲਾਂ ਇੱਥੇ ਆਪਾਂ ਲੰਬਾਈ ਦਾ ਨਾਪ ਲਵਾਂਗੇ। ਆਪਣੀ ਲੰਬਾਈ ਹੈ 42.5 ਇੰਚ ਹੈਗੀ, ਇਸ ਨੂੰ ਆਪਾਂ ਨੇ 43.5 ਇੰਚ ਲੈਣਾ। ਇਸ ਜਗ੍ਹਾ 'ਤੇ 43.5 ਇੰਚ ਆ ਗਿਆ। ਇਹ ਇੱਦਾਂ ਹੁੰਦਾ, ਜੇਕਰ ਆਪਣੇ ਗਲੇ ਦੇ ਦੋਨੇ ਪਾਸੇ ਕਢਾਈ ਆ, ਜੇਕਰ ਤੁਸੀਂ ਲੈਂਥ ਜਿੱਦੀ ਵਧਾਉਣੀ ਆ ਤਾਂ ਤੁਸੀਂ ਇਸ ਜਗ੍ਹਾ 'ਤੇ ਲੈਸ ਵੀ ਲਾ ਸਕਦੇ ਹੋਗੇ ਨੀਚੇ, ਜਿਸ ਤਰ੍ਹਾਂ ਕਿਸੇ ਵਿੱਚ ਗੋਲਡਨ ਕਲਰ ਹੈਗਾ, ਇਹ ਇਸ ਤਰ੍ਹਾਂ ਦੀ ਤੁਸੀਂ ਲੈਸ ਵੀ ਲਾ ਸਕਦੇ ਹੋਗੇ ਜੇਕਰ ਤੁਸੀਂ ਲੈਂਥ ਵਧਾਉਣੀ ਹੈਗੀ। ਜੇਕਰ ਤੁਸੀਂ ਲੈਂਥ ਛੋਟੀ ਕਰਨੀ ਹੈ ਤਾਂ ਜਿਸ ਤਰ੍ਹਾਂ ਕੀ ਹੈ ਆਪਣੇ ਕੋਲ ਗਲੇ ਦਾ ਡਿਜ਼ਾਇਨ ਹੈਗਾ, ਇਸ ਨਾਲ ਤੁਸੀਂ ਇੱਧਰੋਂ ਗਲੇ ਦਾ ਸਾਈਜ਼ ਘੱਟ ਲੈ ਕੇ ਇਸ ਵਿੱਚੋਂ ਚਾਕ ਵੀ ਰੱਖ ਸਕਦੇ ਹੋ। ਇਸ ਨਾਲ ਤੁਹਾਡੀ ਗਲੇ ਦੀ ਲੈਂਥ ਲੰਬਾਈ ਹੈ ਜਿਹੜੀ ਸੂਟ ਦੀ, ਉਹ ਘੱਟ ਵੀ ਹੋ ਸਕਦੀ ਆ। ਘੇਰਾ 22 ਇੰਚ ਤਿਆਰ ਆ, ਇਸ ਨੂੰ ਆਪਾਂ 25 ਇੰਚ 'ਤੇ ਲਾਵਾਂਗੇ, ਯਾਨੀ ਕਿ 12.5 ਇੰਚ 'ਤੇ। ਇਹ 3 ਇੰਚ ਆਪਾਂ ਨੇ ਜ਼ਿਆਦਾ ਲਿੱਤਾ ਗਾ। ਉਸ ਤੋਂ ਬਾਅਦ ਆ ਗਏ ਇਹਦੇ ਚਾਕ,
ਚਾ ਕਿਹਦੇ 17.5 ਇੰਚ ਆ, ਇਸ ਨੂੰ ਆਪਾਂ 17.5 ਇੰਚ 'ਤੇ ਹੀ ਲਾਵਾਂਗੇ ਨਿਸ਼ਾਨ ਇਸ ਤਰ੍ਹਾਂ, ਕਿਉਂਕਿ ਜਿਹੜੇ ਇਹਦੇ ਚਾਕ ਨੇ ਉਹ ਛੋਟੇ ਨੇ, ਇਹਦੇ ਜਿਹੜੇ ਸੂਟ ਦਾ ਜਿਹਦਾ ਸੂਟ ਆ ਉਹ ਇਹਦਾ ਜਿਹੜਾ ਪੇਟ ਆ ਉਹ ਭਾਰੀ ਹੈਗਾ, ਇਸ ਕਰਕੇ ਜਿਹੜੀ ਸਿਲਾਈ ਇਹਨਾਂ ਨੇ ਵੱਡੀ ਰਖਵਾਈ ਆ। ਆਮ ਤੌਰ 'ਤੇ ਸਿਲਾਈ ਜਿਹੜੀ ਹੁੰਦੀ ਆ 15 ਇੰਚ ਦੀ ਹੁੰਦੀ ਹੈਗੀ, ਉਸ ਹਿਸਾਬ ਨਾਲ ਇਹਦੇ ਚਾਕ 20.5 ਇੰਚ ਬਣਦੇ ਨੇ, ਇਹਦੇ ਚਾਕ ਆਪਾਂ 17.5 ਇੰਚ ਰੱਖਾਂਗੇ। ਉਸ ਤੋਂ ਬਾਅਦ ਇਹ ਆਪਾਂ ਜਿਹੜੀ ਹੇਠਲੀ ਕਟਿੰਗ ਆ ਪਹਿਲਾਂ ਉਹ ਕਰ ਲਾਂਗੇ। ਇਹ ਵੀ ਆਪਣਾ 1.5 ਇੰਚ ਹੀ ਹੈਗਾ, ਇਹ ਫੋਲਡਿੰਗ ਦਾ ਨਿਸ਼ਾਨ ਹੈਗਾ। ਇਹ ਹੈਗਾ ਤਿਆਰ ਦਾ ਨਿਸ਼ਾਨ, ਇਹ ਤਿਆਰ ਦਾ ਨਿਸ਼ਾਨ ਆ, ਜਿਹੜਾ ਆਪਣੇ ਚਾਕ ਅੰਦਰ ਫੋਲਡ ਹੋਣਾ ਉਸਦਾ ਨਿਸ਼ਾਨ ਆ। ਇਸ ਨਿਸ਼ਾਨ ਉੱਪਰ ਆਪਾਂ ਕਟਿੰਗ ਕਰਾਂਗੇ। ਇਸ ਤਰ੍ਹਾਂ ਆਪਣੀ ਹੇਠਲੀ ਕਟਿੰਗ ਹੋ ਕੇ ਤਿਆਰ ਆ। ਉਸ ਤੋਂ ਬਾਅਦ ਆ ਗਏ ਤੇ ਉੱਪਰਲਾ ਹਿੱਸਾ, ਇਹਦੇ ਆਪਾਂ ਸਾਰੇ ਸੂਟ ਉੱਪਰ ਹੀ ਲਾਈਨਿੰਗ ਲਾਵਾਂਗੇ। ਜੇਕਰ ਤੁਹਾਡੇ ਕੋਲ ਸਲੀਨਾ ਜਾਂ ਬੈਲ ਬਟਨ ਆ, ਤੁਸੀਂ ਲਾਈਨਿੰਗ ਲਾ ਕੇ ਬਣਾਓ, ਬਿਨਾਂ ਲਾਈਨਿੰਗ ਤੋਂ ਇਸਨੂੰ ਫਿਰਨ ਦਾ ਡਰ ਰਹਿੰਦਾ ਸੂਟ ਇਹ। ਇਹਦੇ ਸਾਰੇ ਸੂਟ ਉੱਪਰ ਹੀ ਲਾਈਨਿੰਗ ਲਾਵਾਂਗੇ। ਤੁਹਾਨੂੰ ਸਿਰਫ ਇਹਦੀ ਕਟਿੰਗ ਦੀ ਵੀਡੀਓ ਪਾਵਾਂਗੇ ਅਸੀਂ। ਉਸ ਤੋਂ ਬਾਅਦ ਆ ਜਾਂਦਾ ਇਹਦਾ ਤੀਰਾ, ਤੀਰਾ ਹੈਗਾ ਇਹਦਾ 12 ਇੰਚ ਤਿਆਰ, ਯਾਨੀ ਕਿ 13 ਇੰਚ ਆਪਾਂ ਕਟਿੰਗ ਦਾ ਕਰਾਂਗੇ, 6.5 ਇੰਚ, 6 ਇੰਚ ਦੇ ਹੋ ਗਿਆ 12 ਇੰਚ। ਇਹ ਆਪਾਂ ਨੇ 6.5 ਇੰਚ 'ਤੇ ਨਿਸ਼ਾਨ ਲਾਇਆ ਗਾ, 1/2 ਇੰਚ ਇਸਦੇ ਦਬਾਅ ਵਾਲਾ ਹੋ ਗਿਆ ਜਦੋਂ ਕਿ ਆਪਾਂ ਕਟਿੰਗ ਕਰਾਂਗੇ। ਉਸ ਤੋਂ ਬਾਅਦ ਆ ਗਿਆ ਇਹਦਾ ਮੋਢਾ, ਯਾਨੀ ਕਿ ਆਰਮ ਹੋਲ, ਆਰਮ ਹੋਲ ਇਹਦਾ ਆਪਾਂ ਰੱਖਾਂਗੇ 7 ਇੰਚ। ਇਹ 7 ਇੰਚ ਦਾ ਨਿਸ਼ਾਨ ਹੋ ਗਿਆ, ਜਿਸ ਤਰ੍ਹਾਂ ਕਿ ਹੇਠ ਆਪਾਂ ਨੇ ਲਾਇਆ 6.5 ਇੰਚ 'ਤੇ, ਇਹ ਨਿਸ਼ਾਨ ਵੀ 6.5 ਇੰਚ 'ਤੇ ਲਾਵਾਂਗੇ। ਉਸ ਤੋਂ ਬਾਅਦ ਆ ਜਾਂਦਾ ਇਹਦਾ ਸਾਹਮਣਾ, ਉੱਪਰ ਤੋਂ ਲੈ ਕੇ 5 ਇੰਚ 'ਤੇ ਨਿਸ਼ਾਨ ਲਾਵਾਂਗੇ। ਸਾਹਮਣਾ ਹੈਗਾ ਇਹਦਾ 13.5 ਇੰਚ ਤਿਆਰ, 13.5 ਇੰਚ ਜਾਣੀ ਕਿ ਪੌਣੇ 7 ਇੰਚ, ਇਸਨੂੰ ਆਪਾਂ 7.25 ਇੰਚ 'ਤੇ ਲਾਵਾਂਗੇ ਇਸ ਤਰ੍ਹਾਂ, ਕਿਉਂਕਿ ਨਾਪ ਭਾਰੀ ਇਹਦਾ ਸਾਹਮਣਾ ਜਿਹੜਾ ਜ਼ਿਆਦਾ ਹੈਗਾ। ਇਹ ਹੋਗਾ ਸਾਹਮਣੇ ਨਿਸ਼ਾਨ। ਉਸ ਤੋਂ ਬਾਅਦ ਲਾਵਾਂਗੇ ਇਹਦੀ ਛਾਤੀ ਦਾ ਨਿਸ਼ਾਨ, ਛਾਤੀ ਹੈਗੀ ਇਹਦੀ 22.5 ਇੰਚ ਤਿਆਰ, ਯਾਨੀ ਕਿ 11.25 ਇੰਚ। ਇੱਕ ਵਾਰੀ ਆਪਾਂ ਇੱਥੇ ਲਾਵਾਂਗੇ ਨਿਸ਼ਾਨ, ਜਦੋਂ ਆਪਾਂ ਦੁਬਾਰਾ ਪਲੋਈ ਪਾ ਕੇ ਚੈੱਕ ਕਰਾਂਗੇ ਨਿਸ਼ਾਨ, ਆਪਾਂ ਨੂੰ ਦੁਬਾਰਾ ਲਾਉਣਾ ਪਊਗਾ। ਇਹ ਆਪਣੇ 11.25 ਇੰਚ 'ਤੇ ਲਾਇਆ, ਇਹ 2 ਇੰਚ ਹੋ ਗਿਆ ਦਬਾਅ, ਜਿਹੜਾ ਆਪਣੇ ਦਬਾਅ ਰੱਖਣਾ ਵਿੱਚ। ਉਸ ਤੋਂ ਬਾਅਦ ਹੁਣ ਇਸ ਨਿਸ਼ਾਨ ਨਾਲ ਆਪਾਂ ਮਿਲਾ ਦਾਂਗੇ, ਇਸ ਨਿਸ਼ਾਨ ਨੂੰ ਜਿਹੜੀ ਆਪਾਂ ਨੇ ਸ਼ੇਪ ਦੇਣੀ ਆ ਇਸ ਤਰ੍ਹਾਂ ਦੇਵਾਂਗੇ। ਇੱਦਾਂ ਜਿਹੜਾ ਸਾਹਮਣਾ ਜ਼ਿਆਦਾ ਆ, ਇਸ ਤਰ੍ਹਾਂ ਆਊਗੀ ਇਹਦੀ ਸ਼ੇਪ। ਹੁਣ ਜਿਹੜਾ ਆਪਣਾ ਇਹ ਗੈਪ ਰਹਿ ਗਿਆ, ਇਹ 2.25 ਇੰਚ ਦਾ, ਇਹ 2.25 ਇੰਚ ਦਾ ਗੈਪ ਰਹਿ ਗਿਆ, ਕਿਉਂਕਿ ਇਹ ਗੈਪ ਹਮੇਸ਼ਾ ਸਾਹਮਣੇ ਦੇ ਹਿਸਾਬ ਨਾਲ ਹੁੰਦਾ। ਇਸ ਜਗ੍ਹਾ 'ਤੇ ਆਪਾਂ ਨੇ ਸ਼ੇਪ ਦੇਣੀ ਹੁੰਦੀ ਹੈਗੀ ਇਸ ਤਰ੍ਹਾਂ। ਇਸ ਨਿਸ਼ਾਨ ਉੱਪਰ ਕਰਾਂਗੇ ਕਟਿੰਗ। ਇਹ ਜਿਹੜਾ ਆਪਣੇ ਫਿਟਿੰਗ ਵਾਲਾ ਨਿਸ਼ਾਨ ਲਾਉਣਾ ਗਾ, ਇਹ ਜਦੋਂ ਆਪਣੇ ਪਲੋਈਆਂ ਪਾ ਲਈਆਂ ਉਸ ਤੋਂ ਬਾਅਦ ਲਾਵਾਂਗੇ। ਇਹ ਦੇਖੋ ਤੁਸੀਂ, ਇਹ ਫਰੰਟ ਦੀ ਕਟਿੰਗ ਹੋ ਕੇ ਤਿਆਰ ਆ। ਉਸ ਤੋਂ ਬਾਅਦ ਇਸਦੀ ਲਵਾਂਗੇ ਬੈਕ, ਜਿਹੜੀ ਆਪਣੇ ਬੈਕ ਲੈਣੀ ਆ ਉਹ ਵੀ ਆਪਾਂ ਫਰੰਟ ਦੇ ਉੱਪਰੋਂ ਹੀ ਲਵਾਂਗੇ।
ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ, ਉਸ ਤੋਂ ਬਾਅਦ ਇਹਦੀ ਕਟਿੰਗ ਕਰਾਂਗੇ। ਇਹ ਆਪਾਂ ਦੇਖਾਂਗੇ ਆਪਣਾ ਕੱਪੜਾ ਬਿਲਕੁਲ ਇੱਕ ਸਾਰਾ। ਇਹਦੀ ਕਟਿੰਗ ਕਰਨੀ ਬਹੁਤ ਹੀ ਆਸਾਨ ਆ, ਕਿਉਂਕਿ ਇਹ ਇੱਕ ਜਗ੍ਹਾ 'ਤੇ ਇਸ ਤਰ੍ਹਾਂ ਚਿਪ ਜਾਂਦਾ ਗਾ, ਇਸ ਕਰਕੇ ਪਹਿਲਾਂ ਇੱਦਾਂ ਹੇਠਲੇ ਹਿੱਸੇ ਦੀ ਕਟਿੰਗ ਕਰਾਂਗੇ। ਇਸ ਉੱਪਰ ਆਪਾਂ ਨੂੰ ਹੇਠਾਂ ਨਿਸ਼ਾਨ ਲਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ, ਕਿਉਂਕਿ ਆਪਣੇ ਇਹਦੇ ਬਿਲਕੁਲ ਬਰਾਬਰ ਹੀ ਕੱਟਣਾ ਫਰੰਟ ਦੇ। ਇਹ ਉੱਪਰ ਜਾ ਕੇ ਇਹਦੇ ਨਿਸ਼ਾਨ ਲਾਵਾਂਗੇ ਆਰਮ ਹੋਲ ਦੇ। ਉਸ ਤੋਂ ਬਾਅਦ ਹੀ ਆ ਗਿਆ ਆਪਾਂ ਆਰਮ ਹੋਲ, ਜਿਹੜਾ ਆਪਾਂ ਨੇ ਆਰਮ ਹੋਲ ਦਾ ਨਿਸ਼ਾਨ ਲਾਉਣਾ। ਇਹ ਅੱਧਾ ਇੰਚ ਆਪਾਂ ਨੇ ਜ਼ਿਆਦਾ ਲਾਉਣਾ, ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਹੋਇਆ ਇਸ ਤਰ੍ਹਾਂ। ਉਸ ਤੋਂ ਬਾਅਦ ਜਿਹੜੀ ਵੀ ਆਪਣੇ ਸ਼ੇਪ ਪਾਉਣੀ ਆਗੀ, ਉਹ ਜਿਸ ਤਰ੍ਹਾਂ ਕਿ ਇਹਦਾ ਗਲਾ ਹੈਗਾ ਪਿੱਛੋਂ 5.5 ਇੰਚ, ਅੱਗੋਂ 6.5 ਇੰਚ ਆ, ਇਹਦੀ ਜਿਹੜੀ ਸ਼ੇਪ ਪਾਵਾਂਗੇ ਆਪਾਂ ਇਸ ਤਰ੍ਹਾਂ ਪਾਵਾਂਗੇ, ਨਾ ਜ਼ਿਆਦਾ ਨਾ ਘੱਟ, ਇਸਦੀ ਸ਼ੇਪ ਜਿਹੜੀ ਨੋਰਮਲ ਪਊਗੀ। ਇਸ ਤਰ੍ਹਾਂ ਜੇਕਰ ਇਸਦੀ ਬੈਕ ਜ਼ਿਆਦਾ ਡੀਪ ਆ, 6-6.5 ਆ, ਤਾਂ ਤੁਸੀਂ ਇਸ ਜਗ੍ਹਾ ਤੋਂ ਇਸਨੂੰ ਇਸ ਤਰ੍ਹਾਂ ਵੀ ਕਰ ਸਕਦੇ ਹੋਗੇ ਜ਼ਿਆਦਾ ਡੂੰਗੀ। ਇਹ ਜਿਹੜੀ ਆਪਣੇ ਸ਼ੇਪ ਹੋਣੀ ਆ ਇਸ ਤਰ੍ਹਾਂ ਪਾਵਾਂਗੇ, ਤੁਹਾਨੂੰ ਅਸੀਂ ਡਾਰਕ ਵੀ ਕਰਕੇ ਦਿਖਾ ਰਹੇ ਹਾਂਗੇ। ਇਸ ਤਰ੍ਹਾਂ ਪਾਵਾਂਗੇ ਜੀ ਸ਼ੇਪ। ਜੇਕਰ ਬੈਗ ਇਸਦੀ ਘੱਟ ਆ ਤਾਂ ਸ਼ੇਪ ਇਸਦੀ ਜ਼ਿਆਦਾ ਬਾਹਰ ਨੂੰ ਆਊਗੀ, ਇਸ ਤਰ੍ਹਾਂ ਆਊਗੀ ਇਹਦੀ ਸ਼ੇਪ। ਇਹ ਆਪਣਾ ਮੀਡੀਅਮ ਸਾਈਜ਼ ਹੈਗਾ, ਇਹ ਤੁਹਾਨੂੰ ਅਸੀਂ ਗੈਪ ਵੀ ਦੱਸ ਦਿੰਦੇ ਹਾਂ ਵੀ ਆਪਾਂ ਨੇ ਗੈਪ ਕਿੰਨਾ ਰੱਖਿਆ ਹੈਗਾ। ਗੈਪ ਇਹ ਹੈਗਾ 2.25 ਇੰਚ ਦਾ, 2.25 ਇੰਚ ਦਾ ਹੀ ਇਹ ਗੈਪ ਆ ਆਪਣਾ ਫਰੰਟ ਵਾਲਾ, 2.25 ਇੰਚ ਹੀ ਬੈਕ ਦਾ ਗੈਪ ਆ, ਇਸ ਤਰ੍ਹਾਂ। ਇਹ ਜਗ੍ਹਾ ਤੁਸੀਂ ਖੁੱਲ੍ਹੀ ਰੱਖੋ ਨਾਪ ਭਾਰੀ ਦੀ, ਕਿਉਂਕਿ ਜੇਕਰ ਇਹ ਆਪਣੇ ਕੱਟ ਜ਼ਿਆਦਾ ਪਾਤੀ ਤਾਂ ਇੱਥੋਂ ਆਪਣਾ ਕਮੀਜ਼ ਆ ਜਿਹੜਾ ਫਸਣ ਲੱਗ ਜਾਂਦਾ। ਇਸ ਤਰ੍ਹਾਂ ਇਹਦੀ ਕਟਿੰਗ ਹੋਊਗੀ, ਇਹ ਫਰੰਟ ਦੀ ਕਟਿੰਗ ਆਪਣੀ ਤਿਆਰ ਆ। ਇਸ ਤੋਂ ਬਾਅਦ ਪਲੋਈ ਦਾ ਨਿਸ਼ਾਨ ਲਾਵਾਂਗੇ ਆਪਾਂ। ਪਲੋਈ ਜਿਹੜੀ ਇਹਦੀ 12.5 ਇੰਚ 'ਤੇ ਤਿਆਰ ਆ ਗਈ, ਇਹਨੂੰ ਆਪਾਂ 13.5 ਇੰਚ 'ਤੇ ਲਾਵਾਂਗੇ ਇਸ ਤਰ੍ਹਾਂ, ਕਿਉਂਕਿ ਇਹ ਜਿਹੜਾ 1 ਇੰਚ ਉੱਪਰ ਹੀ ਆਉਣਾ ਹੁੰਦਾ, 1.5 ਇੰਚ ਪਲੋਈ 'ਚ, 1.5 ਇੰਚ ਆਰਮ ਹੋਲ 'ਚ। ਪਲੋਈ ਦੀ ਜਿਹੜੀ ਆਪਾਂ ਲੰਬਾਈ ਰੱਖਾਂਗੇ ਉਹ 6 ਇੰਚ, ਕਿਉਂਕਿ ਇਹ 12.5 ਇੰਚ 'ਤੇ ਤਿਆਰ ਆ, 6 ਇੰਚ ਲੰਬੀ ਪਲੋਈ ਰੱਖਾਂਗੇ। ਪਲੋਈ ਇਹ ਨੀਵੀਂ ਹੋਣ ਕਰਕੇ ਆਪਣੇ ਛੋਟੀ ਰੱਖੀ ਆ ਪਲੋਈ। ਜਿਹੜਾ ਇਹਦਾ ਗੈਪ ਰੱਖਾਂਗੇ ਇਹ ਵਾਲਾ, ਇਹ ਰੱਖਾਂਗੇ ਆਪਾਂ 4 ਇੰਚ ਦਾ, ਜਾਣੀ ਕਿ 8 ਇੰਚ ਹੋ ਗਿਆ ਇਹ, 4 ਇੰਚ ਦਾ ਗੈਪ ਰੱਖਾਂਗੇ। ਜਿਹੜਾ ਇਹ ਨਿਸ਼ਾਨ ਲਾਵਾਂਗੇ 2 ਇੰਚ 'ਤੇ, ਇਹ ਆਪਣੀ ਲੰਬੀ ਪਲੋਈ ਦਾ ਹੋ ਗਿਆ। ਇਹ ਤੁਸੀਂ ਯਾਦ ਰੱਖੋ ਵੀ ਆਪਣੇ ਗੈਪ ਭਾਰੀ ਨਾਪ ਦਾ 4 ਇੰਚ ਰੱਖਿਆ, ਜੇਕਰ ਇਦੂ ਵੀ ਭਾਰੀ ਨਾਪ ਆ ਤੁਸੀਂ 4.5 ਵੀ ਕਰ ਸਕਦੇ ਹੋ ਗੈਪ। ਉਸ ਤੋਂ ਬਾਅਦ ਜਿਹੜਾ ਇਹ ਨਿਸ਼ਾਨ ਆ ਗਿਆ, ਇਹ ਆਪਾਂ ਲਾਵਾਂਗੇ 8 ਇੰਚ 'ਤੇ, ਇਹ ਸਾਈਡ ਵਾਲੀ ਪਲੋਈ ਦਾ ਨਿਸ਼ਾਨ ਹੈਗਾ। ਇਸਨੂੰ ਆਪਾਂ ਨਿਸ਼ਾਨ ਨੂੰ ਇਸ ਨਿਸ਼ਾਨ ਨਾਲ ਮਿਲਾਵਾਂਗੇ, ਇਸ ਤਰ੍ਹਾਂ ਪਊਗੀ ਸਾਈਡ ਵਾਲੀ ਪਲੋਈ। ਉਸ ਤੋਂ ਬਾਅਦ ਜਿਹੜੀ ਆਪਣੇ ਇਹ ਪਲੋਈ ਪਾਉਣੀ ਹੈਗੀ, ਇਹਦੀ ਸ਼ੇਪ ਦੇਵਾਂਗੇ ਇਸ ਤੋਂ 1.5 ਇੰਚ ਅੱਗੇ, ਇਸ ਜਗ੍ਹਾ ਤੋਂ ਸ਼ੇਪ ਦੇਵਾਂਗੇ। ਇਹ ਆਪਾਂ ਨੇ ਸ਼ੇਪ ਆਰਮ ਹੋਲ 'ਚ ਲਿਆਉਣੀ ਹੈ, ਗਲਾਈ 'ਚ, ਇਸ ਤਰ੍ਹਾਂ। ਦੇਖੋ ਤੁਸੀਂ ਇਸ ਤਰ੍ਹਾਂ ਆਊਗੀ ਸ਼ੇਪ।
ਜਿਹੜਾ ਆਪਾਂ ਗੈਪ ਰੱਖਾਂਗੇ ਇਹ ਵੀ 2 ਇੰਚ ਦਾ ਰੱਖਾਂਗੇ ਇਸ ਤਰ੍ਹਾਂ। ਇਸ ਉੱਪਰ ਨਿਸ਼ਾਨੀ ਲਾ ਲਾਂਗੇ ਤਾਂ ਕਿ ਆਪਾਂ ਨੂੰ ਪਲੋਈ ਪਾਉਣ ਵੇਲੇ ਆਸਾਨੀ ਹੋ ਜਾਵੇ। ਉਸ ਤੋਂ ਬਾਅਦ ਇਹ ਨਿਸ਼ਾਨੀ ਆਪਾਂ ਦੂਸਰੀ ਸਾਈਡ ਲੈ ਜਾਵਾਂਗੇ। ਤੂੰ ਚਾਹੋ ਤਾਂ ਇਸਨੂੰ ਕੈਂਚੀ ਨਾਲ ਵੀ ਕੱਢ ਸਕਦੇ ਹੋ ਨਿਸ਼ਾਨਾਂ ਨੂੰ। ਇਹ ਦੇਖੋ ਤੁਸੀਂ ਆਪਣੀ ਦੂਸਰੀ ਸਾਈਡ ਨਿਸ਼ਾਨ ਆ ਗਏ ਸਾਰੇ। ਇਹ ਫਰੰਟ ਬੈਕ ਦੇ ਹੋ ਗਏ ਲੰਬੀ ਪਲੋਈ ਦੇ ਇਸ ਤਰ੍ਹਾਂ। ਇਹ ਆਪਣੀ ਜਿਹੜੀ ਕਮੀਜ਼ ਦੀ ਕਟਿੰਗ ਹੋ ਕੇ ਤਿਆਰ ਆ ਗਈ। ਉਸ ਤੋਂ ਬਾਅਦ ਤੁਹਾਨੂੰ ਅਸੀਂ ਬਾਜੂ ਦੱਸਦੇ ਹਾਂ ਵੀ ਆਪਣੇ ਬਾਜੂ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ। ਇਹਦੀ ਬਾਜੂ ਵਿੱਚ ਜੋੜ ਪਊਗਾ ਕਿਉਂਕਿ ਨਾਪ ਇਹ ਭਾਰੀ ਹੈਗਾ। ਪਹਿਲਾਂ ਇਹਦੀ ਲੰਬਾਈ ਲਵਾਂਗੇ ਆਪਾਂ। ਲੰਬਾਈ ਇਹਦੀ 19 ਇੰਚ ਤਿਆਰ ਆ। ਇਸਨੂੰ 20 ਇੰਚ ਲਵਾਂਗੇ। ਇਸ ਤਰ੍ਹਾਂ ਹੀ ਇਸਨੂੰ 20 ਇੰਚ ਲੈ ਲਾਂਗੇ। ਇਸਨੂੰ ਮੋੜ ਕੇ ਇਸ ਤਰ੍ਹਾਂ ਦੀ ਬਾਜੂ ਦੀ ਕਟਿੰਗ ਕਰਾਂਗੇ। ਇਹ ਆਪਾਂ ਬਾਅਦ ਵਿੱਚ ਕਰਾਂਗੇ। ਇਹ ਜਿਹੜੀ ਕਢਾਈ ਹੁੰਦੀ ਹੈਗੀ ਇਸ ਤਰ੍ਹਾਂ ਸਾਈਡ 'ਤੇ ਬਾਜੂ ਵਾਲੀ, ਇਸਦੀ ਕਟਿੰਗ ਕਈ ਤਰ੍ਹਾਂ ਦੀ ਹੁੰਦੀ ਹੈਗੀ। ਇਹ ਦੇਖੋ ਤੁਸੀਂ ਆਪਣੇ ਕੋਲ ਹੁਣ ਇਹ ਕੱਪੜਾ ਰਹਿ ਗਿਆ, ਇਹ ਕੱਪੜਾ ਰਹਿ ਗਿਆ। ਇਸ ਕੱਪੜੇ ਵਿੱਚੋਂ ਤੁਸੀਂ ਪੌਂਚਾ ਵੀ ਬਣਾ ਸਕਦੇ ਹੋਗੇ ਅੱਗੇ ਉਲਟਾ ਕੇ। ਜੇਕਰ ਲੈਂਥ ਘੱਟ ਆ ਸਲਵਾਰ ਦੀ, ਪੌਂਚਾ ਵੀ ਬਣਾ ਸਕਦੇ ਹੋਗੇ। ਤੁਸੀਂ ਇਸ ਵਿੱਚੋਂ ਬੈਲਟ ਵੀ ਲਾ ਸਕਦੇ ਹੋ। ਪਹਿਲਾਂ ਆਪਾਂ ਇਹ ਦੇਖਾਂਗੇ ਇਸਨੂੰ ਮਿਣ ਕੇ ਵੀ ਆਪਣਾ ਵੀ ਪੌਂਚੇ ਦੀ ਲੈਂਥ ਕਿਸ ਤਰ੍ਹਾਂ ਆਉਂਦੀ ਹੈਗੀ। ਜਿਸ ਤਰ੍ਹਾਂ ਕਿ ਇਹਦੀ ਲੰਬਾਈ 35.5 ਇੰਚ ਹੈ, ਆਪਾਂ ਨੇ 32.5 ਇੰਚ ਲੈਣਾ ਗਾ। ਇਸਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ। ਇਹ ਆਪਣੇ 32.5 ਇੰਚ ਫੋਲਡ ਕਰ ਲਿਆ। ਇਸਨੂੰ ਆਪਾਂ ਹੁਣ ਇੱਧਰ ਜਿਹੜਾ ਦੂਸਰਾ ਕੱਪੜਾ ਉਸਨੂੰ ਮਿਣ ਕੇ ਦੇਖਾਂਗੇ ਵੀ ਆਪਣੀ ਜਿਹੜੇ ਕੁੰਦੇ ਆ ਉਹਨਾਂ ਦੀ ਲੈਂਥ ਇਹਨਾਂ ਵਿੱਚ ਆਉਂਦੀ ਆ ਪੂਰੀ। ਇਹ ਆਪਣੇ ਕੋਲ ਕੱਪੜਾ 39 ਇੰਚ ਆ। ਆਪਾਂ ਨੂੰ 32.5 ਇੰਚ ਲੈਂਥ ਲੈਣੀ ਹੈਗੀ। ਆਪਣੇ ਕੋਲ ਇਹ ਕੱਪੜਾ ਬਹੁਤ ਆ, ਇਸ ਵਿੱਚੋਂ ਆਪਾਂ ਹੁਣ ਕੁੰਦੇ ਲਵਾਂਗੇ। ਇਸ ਦੀ ਜਿਹੜੀ ਆਪਾਂ ਕਟਿੰਗ ਕਰਾਂਗੇ ਇਸ ਹਿਸਾਬ ਨਾਲ ਕਰਾਂਗੇ। ਪਹਿਲਾਂ ਪੌਂਚੇ ਮੋੜ ਕੇ ਇਸ ਵਿੱਚੋਂ ਆਪਾਂ ਪੌਂਚੇ ਲੈ ਲਾਂਗੇ। ਜਿਹੜਾ ਇਧਰ ਸਾਈਡ ਤੋਂ ਕੱਪੜਾ ਲਊਗਾ ਉਸ ਵਿੱਚੋਂ ਬੈਲਟ ਲਾ ਲਾਂਗੇ ਅਤੇ ਦੂਸਰੇ ਵਿੱਚ ਆਪਾਂ ਕੁੰਦੇ ਬਣਾ ਲਾਂਗੇ। ਜੇਕਰ ਤੁਸੀਂ ਇਸ ਤਰ੍ਹਾਂ ਆਪਣੀ ਨਹੀਂ ਲੰਬਾਈ ਆਉਂਦੀ ਤਾਂ ਤੁਸੀਂ ਇਸ ਜਗ੍ਹਾ ਤੋਂ ਕੱਪੜਾ ਕਟਿੰਗ ਕਰ ਲਓ, ਇਸ ਨੂੰ ਅਲੱਗ ਕਰ ਦਿਓ। ਇਸ ਨੂੰ ਮੋੜ ਕੇ ਇਸ ਤਰ੍ਹਾਂ ਫੋਲਡ ਕਰ ਲਓ ਕੱਪੜੇ ਨੂੰ। ਇਹ ਫਿਰ ਆਪਣੀ ਹੋ ਜੂਗੀ ਇਸ ਤਰ੍ਹਾਂ 2.5 ਮੀਟਰ ਵਾਲੀ ਕਟਿੰਗ। ਇਸ ਤਰ੍ਹਾਂ ਵੀ ਤੁਸੀਂ ਸਲਵਾਰ ਕਟਿੰਗ ਕਰ ਸਕਦੇ ਹੋਗੇ। ਇਹਦੇ ਉੱਪਰ ਜੇਕਰ ਆਸਣ ਪੈਂਦਾ ਤੁਸੀਂ ਆਸਣ ਵੀ ਪਾ ਸਕਦੇ ਹੋ। ਬੈਲਟ ਲਾਉਣੀ ਆ, ਬੈਲਟ ਵੀ ਲਾ ਸਕਦੇ ਹੋਗੇ। ਇਸ ਤਰ੍ਹਾਂ ਵੀ ਇਸਦੀ ਕਟਿੰਗ ਹੋ ਜਾਂਦੀ, ਉਹ ਵੀ ਅਸੀਂ ਤੁਹਾਨੂੰ ਤਰੀਕਾ ਦੱਸਾਂਗੇ। ਇਸਦੀ ਹੁਣ ਜਿਹੜੀ ਆਪਾਂ ਕਟਿੰਗ ਕਰਾਂਗੇ ਇਸੇ ਤਰੀਕੇ ਨਾਲ ਕਰਾਂਗੇ। ਜਿਸ ਤਰ੍ਹਾਂ ਕਿ ਇਹ 32.5 ਇੰਚ ਆਪਣੇ ਕੋਲ, ਆਪਾਂ ਪਹੁੰਚ ਹੀ ਲਵਾਂਗੇ ਇਸਦੇ ਬਰਾਬਰ ਤੋਂ। ਪਹਿਲਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ, ਉਸ ਤੋਂ ਬਾਅਦ ਹੀ ਕਟਿੰਗ ਕਰਾਂਗੇ।
अपना साढ़े 32 इंच कपड़ा इस तरह। उस तो बाद जी अपने हम लंबाई लेनी है गी, ये कन्नी की अलग कटिंग कर देंगे पहला, क्योंकि कन्नी इसकी अलग दी है गी, वाइट कन्नी है गी, इसकी कटिंग कर देंगे अपन। इसकी जी मूरी तैयार हैगी सलवार की 12 इंच, इसनों आप 12 इंच ही लवेंगे। ये देखो ये हम सलवार का पौचा हो गया अपने को। ये सलवार दे अपने कोले दोने पहुंचे हो गए। ये देखो उस तो बाद हुण ये भी अपने कोले देखो साइड वाला कपड़ा गा, इस विच आपां बैल्ट लावांगे, इस भी कपड़े विच आपां बाहां विच जोड़ पावांगे। इहनूं आपां पहला कट के अलग कर लांगे। बैल्ट इसकी हैगी 25 इंच तैयार, इसनों आप 26 इंच कटिंग दी करांगे। 7 इंच आप करांगे इसकी चढ़ाई। ये अपनी होगी बैल्ट। सलवार की बैल्ट हो गई। इस कपड़े में आप बाजू में जोड़ पावांगे, जोड़ बाजू के अगे पिछे आउणगे। इस सलवार में आप कुंदे बनावांगे। ये कुंदे कट्टन का तरीका वो असीं तुहानूं दस्सिया, वीडियो अपनी ज़्यादा लंबी हो जूगी, ये उस हिसाब नाल तुसीं कुंदे कट सकदे होंगे। तुहानूं असीं बाजू का तरीका दस दिंदे, क्योंकि जिहड़ी असीं बाजू का डिजाइन आगा वह इस तरह का, इसका जिहड़ा जोड़ा अगे भी आऊगा पिछे भी आऊगा। पहला आप सेंटर कर लांगे इस फुल का। इस तरह पहला सेंटर कर लांगे। जिहड़ी कन्नी है इसनूं अलग कर देंगे, क्योंकि कन्नी इसकी वाइट आ गई इस तरह। यह अपनी एक बाजू हो गई। जेड़ा अपने को कपड़ा जोड़ा अपने पौचे नालों कटिंग कराया होया, ये हो गया अपने को दूसरी बाजू। ये बाजू का डिजाइन इस तरह दिता हुआ गा, जेडे अपने डिजाइन जोड़ आने वो एक बाजू के अगे आऊगा एक पिछे आऊगा, क्योंकि बाजू यदि उपर हेठ आ गई। जेकर इस बाजू का डिजाइन होंगे सामो सामने, फिर अपने जोड़ एक पासे आते, उन्होंने आप पिछे कर दे। ये देखो तुसे अपना ये जोड़ भी अपना पहला नीचे आएगा दूसरी बाजू से, एक जोड़ नूं आपां इस जगह ते धर लांगे।
इस तरह। ये जो आप जड़ांगे छांट पावांगे एक अगले पासे आऊगा जोड़ एक पिछले पासे, क्योंकि इसका जरा कढ़ाई का डिजाइन इस तरह ही दिता हुआ इन्होंने। यदि 22 इंच छाती है इसमें आप मोढ़ा 9.5 इंच पावांगे, तो चाहो तो इन 9.25 भी पा सकते होंगे, 9 भी पा सकते हो, जेकर फिटिंग वाला बनाना 9 भी पा सकते हो मोढ़ा। यह अपने 9.25 इंच पाया सीधा, 9.5 इंच, 9.5 इंच सीधा मोढ़ा पाया। अगो बाजी होगी हैगी 11 इंच यानी कि 5.5 इंच, 2 इंच इस बच्चे दबा दे लवेंगे आप। ये निशान हो गया अपना सिलाई वाला, उस तो बाद ये वाला निशान हो गया अपना कटिंग वाला। इस तरह अपनी दोनों बाजुओं की कटिंग हो के तैयार है। देखो तुसी इस हिसाब नाल जिहड़ी अपने सूट की कटिंग करी हैगी, ये अपने कोल पहुँचे हो गए। ये हो गया बैल्ट। वीडियो अपनी ज़्यादा लंबी हो रही है, नहीं असीं तुहानूं कुंदियां की कटिंग भी दस दिंदे। कुंदियां की कटिंग असीं वैसे तुहानूं पहलां दसी हुई हैगी। इस तरह जिहड़ी अपने कटिंग हो के तैयार आ। ये देखो तुसीं बहुत ही सौखे ते आसान तरीके नाल सारी कटिंग होकर तैयार आ जी। कमेंट करके जरूर दसना वीडियो किवें लगी। धन्यवाद जी।